ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਤਮਾਮ ਦੋਸਤ ਮੇਰੇ ਭਾਈ, ਮੇਰੇ ਚੈਨਲ ਵਾਲੇ ਸਭ ਦੋਸਤਾਂ ਨੂੰ ਮੇਰੀ ਤਰਫੋਂ ਅਸਲਾਮੁ ਅਲੈਕਮ। ਉਮੀਦ ਹੈ ਸਭ ਦੋਸਤ ਖੈਰੀਅਤ ਮੇਂ ਹੋਂਗੇ। ਭਾਈ, ਮੇਰੇ ਅੱਜ ਦੀ ਵੀਡੀਓ ਥਾਈਲੈਂਡ ਲੋਟਰੀ ਦੀ, 1500 ਬੌਂਡ ਥਾਈਲੈਂਡ ਲੋਟਰੀ F2056 ਦੇ ਥੱਲੇ ਭੰਡਰਾ ਪਲੇ ਕਰਨਾ, ਸਾਲ ਦੀ ਤੀਸਰੀ ਪੱਟੀ। ਅੱਜ ਦੀ ਵੀਡੀਓ ਬੜੀ ਪਿਆਰੀ, ਬਹੁਤ ਹੀ ਜ਼ਬਰਦਸਤ, ਆਪਣੇ ਦੋਸਤਾਂ ਨਾਲ ਸ਼ੇਅਰ ਕਰਨੀ ਹੈ। ਕੋਸ਼ਿਸ਼ ਕਰਿਆ ਕਰੋ ਯਾਰ ਭਾਈ, ਵੀਡੀਓ ਲਾਈਕ ਲਾਜ਼ਮੀ ਕਰਿਆ ਕਰੋ। ਜੋ ਦੋਸਤ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ, ਕਰ ਲਓ ਤਾਂ ਕਿ ਸਾਡੀ ਨਵੀਂ ਵੀਡੀਓ ਆਵੇ, ਮੇਰੇ ਦੋਸਤ ਮੇਰੇ ਭਾਈਆਂ ਤੱਕ ਜਲਦ ਤੋਂ ਜਲਦ ਪਹੁੰਚੇ। ਅਤੇ ਅੱਜ ਦੀ ਵੀਡੀਓ ਯਾਰ ਨਾ ਥਾਈਲੈਂਡ ਲੋਟਰੀ ਦੀ ਹੈ। ਇੱਕ ਓਪਨ, ਇੱਕ ਕਲੋਜ਼, ਇੱਕ ਹੀ ਸੈਂਟਰ ਹੈ ਯਾਰ। ਅਗਰ ਮੇਰੇ ਦੋਸਤਾਂ ਨੂੰ ਅੱਛਾ ਲੱਗੇ, ਪਸੰਦ ਆਵੇ ਤਾਂ ਆਪਣੀ ਗੇਮ 'ਚ ਸ਼ਾਮਲ ਕਰਨਾ, ਅਦਰਵਾਈਜ਼ ਇਗਨੋਰ ਕਰ ਦੇਣਾ, ਛੋੜ ਦੇਣਾ। ਮੇਰਾ ਕੰਮ ਹੈ ਰੂਟ ਦੇ ਮੁਤਾਬਕ ਜੋ ਚੀਜ਼ ਨਿਕਲਣੀ ਉਹੀ ਚੀਜ਼ ਆਪਣੇ ਦੋਸਤਾਂ ਦੇ ਸਾਹਮਣੇ ਰੱਖਣੀ, ਔਰ ਆਪਣੇ ਵੱਲੋਂ ਪੂਰੀ ਰਿਸਰਚ, ਪੂਰੀ ਕੋਸ਼ਿਸ਼ ਕਰਕੇ ਰੱਖੀ ਦੀਏ। ਅਤੇ ਲਾਈਕ ਲਾਜ਼ਮੀ ਕਰਿਆ ਕਰੋ ਯਾਰ, ਵੀਡੀਓ ਨੂੰ ਲਾਈਕ ਕਰਨ ਨਾਲ ਤੁਹਾਡਾ ਕੁਛ ਵੀ ਨਹੀਂ ਜਾਣਾ ਅਤੇ ਮੇਰਾ ਫਾਇਦਾ ਹੋ ਜਾਣਾ। ਜੇ ਅਗਰ ਤੁਹਾਨੂੰ ਫਾਇਦਾ ਮਹਿਸੂਸ ਹੋਵੇ ਕਿ ਕਰਨਾ ਹੈ ਤਾਂ ਫਿਰ ਲਾਈਕ ਲਾਜ਼ਮੀ ਕਰਿਆ ਕਰੋ ਯਾਰ। ਅੱਜ ਦੀ ਵੀਡੀਓ ਯਾਰ ਇਸ ਤਰ੍ਹਾਂ ਹੈ, ਇਹ 1500 ਬੌਂਡ ਦੇ ਵਿੱਚ ਨਾ ਜਦੋਂ ਵੀ ਸਾਲ ਦੀ ਪਹਿਲੀ ਪੱਟੀ 'ਤੇ 5 ਦਾ ਬ੍ਰੋਕਰ ਲੱਗ ਜਾਵੇ, ਇਹ ਲੱਗਾ ਯਾਰ ਪਹਿਲੀ ਦਫਾ, ਫਿਰ ਆ ਕੇ 5 ਦਾ ਬ੍ਰੋਕਰ ਲੱਗਿਆ ਇਹ ਭਾਈ ਜੀ ਦੂਸਰੀ ਦਫਾ। ਅੱਜ 5 ਦਾ ਬ੍ਰੋਕਰ ਲੱਗ ਚੁੱਕਿਆ ਤੀਸਰੀ ਦਫਾ, ਇਹ ਛੱਟਾ ਫਿੰਗਰ ਜਿਹੜਾ ਨਾ 5 ਦਾ ਲੱਗ ਜਾਵੇ, ਇਹ ਸਿਰਫ 3 ਵਾਰੀ ਲੱਗਿਆ। ਜਿਸ ਕਿ ਯਾਰ ਆਪਾਂ ਪਿਛਾ 47 ਦੀ ਪੈਕਟ ਵੀ ਵਿਨ ਕੀਤੀ, ਇਹ ਵੀ 3 ਦਫਾ ਲੱਗ ਚੁੱਕੀ ਸੀ। ਆ ਤੀਸਰੇ ਹੱਥੇ ਐਸੀ ਸੈੱਟ ਲੱਗਿਆ ਖੜਾ ਜਿਹੜਾ ਕਿ ਲੱਗ ਗਿਆ। ਅਤੇ ਅੱਜ ਦੀ ਵੀਡੀਓ ਵੀ ਇਸੇ ਤਰੀਕੇ ਨਾਲ ਹੀ ਹੈ ਯਾਰ, ਆਪਣੇ ਵੱਲੋਂ ਪੂਰੀ ਕੋਸ਼ਿਸ਼, ਪੂਰੀ ਰਿਸਰਚ, ਪੂਰੀ ਮਿਹਨਤ ਆਪਣੇ ਦੋਸਤਾਂ ਦੇ ਸਾਹਮਣੇ ਰੱਖਣੀ ਹੈ। ਇਹ ਯਾਰ ਨਾ ਜਦੋਂ ਪਹਿਲੀ ਦਫਾ ਲੱਗਿਆ ਨਾ, ਤਾਂ ਅਸੀਂ ਇਸੇ ਹੀ ਸਾਲ ਦੀ ਤੀਸਰੀ ਪੱਟੀ 'ਤੇ ਡਰਾ ਕਰਨਾ ਸੀ, ਇਹ 62 ਦਾ ਪੈਕਟ ਖੇਡਣਾ ਸੀ। ਫਿਰ ਯਾਰ ਜਦੋਂ ਇਹ 5 ਲੱਗਿਆ, ਅਸੀਂ ਸਾਲ ਦੀ ਤੀਸਰੀ ਪੱਟੀ 'ਤੇ ਡਰਾ ਕਰਨਾ ਸੀ, ਇਹ 58 6 ਦਾ ਪੈਕਟ ਖੇਡਣਾ ਸੀ। ਅੱਜ ਇਹ 5 ਲੱਗ ਚੁੱਕਿਆ ਤਾਂ ਆਪਾਂ ਸਾਲ ਦੀ ਤੀਸਰੀ ਪੱਟੀ 'ਤੇ ਇੱਥੇ ਡਰਾ ਕਰਨਾ ਥਾਈਲੈਂਡ ਲੋਟਰੀ ਦਾ। ਸੁਬਹ ਦੀ ਵੀਡੀਓ ਮੈਂ ਪਾਕਿਸਤਾਨੀ ਬੌਂਡ ਵਾਸਤੇ ਲਾਵਾਂਗਾ, ਔਰ ਅੱਛੀ ਰਿਸਰਚ, ਅੱਛੀ ਮਿਹਨਤ, ਅੱਛੀ ਕੋਸ਼ਿਸ਼ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰਾਂਗਾ। ਤਵੱਜੋ ਕਰਨੀ ਯਾਰ ਮੇਰੇ ਦੋਸਤਾਂ, ਮੇਰੇ ਭਾਈਆਂ ਨੇ, ਬੜਾ ਪਿਆਰਾ ਐਂਗਲ ਲੱਗਿਆ ਖੜਾ ਯਾਰ। ਇਹ ਜਦੋਂ ਪਹਿਲੀ ਦਫਾ ਲੱਗਿਆ ਨਾ, ਤਾਂ ਅਸੀਂ ਇੱਥੇ ਡਰਾ ਕਰਨਾ ਸੀ, ਅਤੇ ਇਸੇ ਹੀ ਪੱਟੀ ਦੀ ਪਹਿਲੀ ਪੱਟੀ 'ਤੇ ਜਿਹੜਾ ਓਪਨ ਲੱਗਿਆ ਖੜਾ ਨਾ, ਇਹ ਇੱਕ ਦਾ ਘਰ 6 ਸਿੰਗਲ ਓਪਨ ਲੱਗਣਾ ਸੀ ਯਾਰ, ਅਤੇ ਇਹ ਲੱਗ ਜਾਂਦਾ। ਤਵੱਜੋ ਕਰਨੀ ਯਾਰ, ਫਿਰ ਆ ਕੇ ਇਹ ਲੱਗਿਆ 5 ਬ੍ਰੋਕਰ, 5 ਦਾ ਛੱਟਾ ਫਿੰਗਰ। ਅਸੀਂ ਪਿਛਾ 7500 ਬੌਂਡ 'ਚ ਆਵਾਂਗੇ ਅਤੇ ਇਹ 0 ਪਿਆ ਸੀ, 0 ਦਾ ਘਰ 5 ਸਿੰਗਲ ਓਪਨ ਸੀ ਆਪਣੇ ਕੋਲ, ਅਤੇ ਯਾਰ ਇਹ ਲੱਗ ਜਾਂਦਾ। ਇਹ 1500 ਬੌਂਡ ਦੇ ਵਿੱਚ 5 ਲੱਗ ਜਾਵੇ, 7500 ਬੌਂਡ ਦਾ ਜਿਹੜਾ ਪਹਿਲਾ ਸਾਲ ਦੀ ਪਹਿਲੀ ਪੱਟੀ ਦਾ ਓਪਨ ਹੈ, ਇਹਦਾ ਘਰ ਸਿੰਗਲ ਓਪਨ ਸੀ ਯਾਰ। ਜਦੋਂ ਇਹ 5 ਲੱਗ ਜਾਣਾ ਸੀ, ਅਸੀਂ ਤੀਸਰੀ ਪੱਟੀ 'ਤੇ ਡਰਾ ਕਰਨਾ ਸੀ, ਇਹਦਾ ਘਰ 1 ਦਾ ਘਰ 6 ਸਿੰਗਲ ਓਪਨ ਸੀ, ਇਹ ਲੱਗ ਜਾਂਦਾ ਯਾਰ। ਫਿਰ ਆ 5 ਲੱਗਿਆ, ਪਿਛਾ ਜਾਵਾਂਗੇ 7500 ਬੌਂਡ ਦੇ ਵਿੱਚ, ਜਿਹੜਾ ਓਪਨ ਲੱਗਿਆ ਖਲਾ ਪਹਿਲੀ ਪੱਟੀ 'ਤੇ, ਇਹਦਾ ਘਰ ਸਿੰਗਲ ਓਪਨ ਸੀ ਯਾਰ, ਅਤੇ ਇਹ ਲੱਗ ਜਾਂਦਾ। ਅੱਜ ਯਾਰ ਇਹਦੇ ਪਿੱਛੇ ਜਾਵਾਂਗੇ ਨਾ, ਤਾਂ 6 ਪਿਆ, 6 ਦਾ ਘਰ 1 ਕਹਿੰਦਾ, ਸਿੰਗਲ ਓਪਨ ਹੈ ਤੁਹਾਡੇ ਕੋਲ, ਅਤੇ ਇਹ ਓਪਨ ਨੂੰ ਪਲੇ ਕਰ ਲਓ ਇਸ ਜਗ੍ਹਾ 'ਤੇ, 6 ਦਾ ਘਰ 1 ਸਿੰਗਲ ਓਪਨ। ਤਵੱਜੋ ਕਰਨੀ ਯਾਰ ਮੇਰੇ ਦੋਸਤਾਂ ਭਾਈਆਂ ਨੇ, ਕਿ ਇਹ ਜਦੋਂ 5 ਲੱਗਿਆ, ਇਹ ਪਿਛਾ ਜਾਵਾਂਗੇ 15 ਦਿਨ ਪਿਛਾ ਜਾਵਾਂਗੇ, ਜਿਹੜਾ ਓਪਨ ਲੱਗਿਆ ਖੜਾ, ਇਹ ਅਸੀਂ ਸਾਲ ਦੀ ਤੀਸਰੀ ਪੱਟੀ 1500 ਬੌਂਡ 'ਚ ਜਦੋਂ ਡਰਾ ਕਰਾਂਗੇ ਨਾ, 1 2 3 ਹੱਥ
15 ਦਿਨ ਅੱਗੇ ਅਸੀਂ ਡਰਾ ਕਰਾਂਗੇ ਅਤੇ ਇਹ ਇੱਕ ਦਾ ਘਰ ਸਿੰਗਲ ਓਪਨ ਸੀ 6000 ਰੁਪਇਆ ਲੱਗ ਜਾਂਦਾ। ਦੁਬਾਰਾ ਯਾਰ ਜਦੋਂ ਸੈੱਟ ਲੱਗਿਆ ਇਹ 0 ਦਾ ਘਰ 5 ਇਹ ਓਪਨ ਲੱਗ ਜਾਂਦਾ। ਅੱਜ ਕਹਿੰਦਾ ਕਿ 1 ਦਾ ਘਰ 6 ਤੀਸਰੀ ਪੱਟੀ 'ਚ ਮੈਂ ਸਿੰਗਲ ਓਪਨ ਪਲੇਅ ਕਰਨਾ। ਇਹ ਰੂਟ ਦੇ ਮੁਤਾਬਕ ਆਪਣੇ ਕੋਲ ਸਿੰਗਲ 1 ਦਾ ਓਪਨ ਹੈ। ਅਗਰ ਮੇਰੇ ਦੋਸਤਾਂ ਦੀ ਸਮਝ ਵਿੱਚ ਆ ਜਾਵੇ ਤਾਂ ਇਹਨੂੰ ਪਲੇਅ ਕਰਨਾ, ਅਦਰਵਾਈਜ਼ ਇਗਨੋਰ ਕਰ ਦੇਣਾ, ਛੋੜ ਦੇਣਾ। ਸਿੰਗਲ 1 ਦਾ ਓਪਨ ਯਾਰ, ਸਿੰਗਲ ਕਲੋਜ਼, ਸਿੰਗਲ ਹੀ ਓਪਨ। ਜਦੋਂ ਯਾਰ ਆ ਪਹਿਲੀ ਦਫ਼ਾ ਲੱਗਿਆ ਇਹ 1 ਨੇ ਤਾਂ ਓਪਨ ਲੱਗਣਾ ਸੀ ਅਤੇ ਜਿਹੜਾ ਪਿੱਛੇ ਕਲੋਜ਼ ਲੱਗਿਆ ਖਲੈਣਾ ਇਹ ਕਲੋਜ਼ ਹੀ ਅੱਗੇ ਜਾਣਾ ਸੀ। ਇਕੱਲਾ ਅਕੜਾ 66 ਦਾ ਬਣਦਾ ਸੀ ਯਾਰ, ਤਾਂ ਇਹ ਲੱਗ ਜਾਂਦਾ। ਫਿਰ ਯਾਰ ਦੁਬਾਰਾ ਜਦੋਂ ਸੈੱਟ ਲੱਗਿਆ ਇਹ 8 ਸੀ, 8 ਇਕੱਲਾ ਕਲੋਜ਼ ਅੱਗੇ ਜਾਣਾ ਸੀ, ਇਹ ਯਾਰ ਨਾ 58 ਦਾ ਅਕੜਾ ਲੱਗ ਜਾਂਦਾ। ਅੱਜ ਪਿੱਛਾ ਕਲੋਜ਼ 0 ਦਾ ਲੱਗ ਚੁੱਕਿਆ। ਕਹਿੰਦਾ ਕਿ 1 ਦੇ ਓਪਨ ਨਾਲ ਸਿੰਗਲ 1 ਦਾ 0 ਦਾ ਕਲੋਜ਼ ਲੱਗੇਗਾ, ਇਹੀ ਕਲੋਜ਼ ਅੱਗੇ ਜਾਏਗਾ। ਜਿਸ ਤਰੀਕੇ ਨਾਲ ਯਾਰ ਇਹ 6 ਸੀ ਅਤੇ 6 ਦਾ ਕਲੋਜ਼ ਗਿਆ, 1 ਦਾ ਘਰ 6 ਓਪਨ ਸੀ, ਇਹ ਸਾਡੇ ਕੋਲ 6 ਕਲੋਜ਼ ਸੀ, ਇਹ 66 ਦਾ ਅਕੜਾ ਲੱਗ ਜਾਂਦਾ। ਫਿਰ ਸਾਡੇ ਕੋਲ 0 ਦਾ ਘਰ 5 ਸਿੰਗਲ ਓਪਨ ਸੀ, ਇਹ 8 ਕਲੋਜ਼ ਸੀ ਅਤੇ ਕਲੋਜ਼ ਹੀ ਅੱਗੇ ਜਾਣਾ ਸੀ, ਇਹ ਚਲੇ ਜਾਂਦਾ ਯਾਰ। ਅੱਜ ਸਾਡੇ ਕੋਲ 6 ਦਾ ਘਰ 1 ਓਪਨ ਹੈ, ਇਹ 0 ਇਕੱਲਾ ਕਲੋਜ਼ ਹੈ। ਕਹਿੰਦਾ ਕਿ ਅੱਗੇ ਜਾਏਗਾ 0 ਦਾ ਕਲੋਜ਼। ਇਹ 10 ਦਾ ਅਕੜਾ ਬੰਦਾ ਯਾਰ, ਕਿਸੇ ਦੋਸਤ ਦੀ ਸਮਝ ਵਿੱਚ ਆ ਜਾਵੇ ਤਾਂ ਇਹਨੂੰ ਪਲੇਅ ਕਰਨਾ, ਅਦਰਵਾਈਜ਼ ਇਗਨੋਰ ਕਰ ਦੇਣਾ, ਛੋੜ ਦੇਣਾ। ਮੇਰਾ ਕੰਮ ਸੀ ਰੂਟ ਦੇ ਮੁਤਾਬਕ ਜੋ ਚੀਜ਼ ਨਿਕਲੀਏ ਉਹੀ ਚੀਜ਼ ਆਪਣੇ ਦੋਸਤ ਆਪਣੇ ਵੀਰਿਆਂ ਦੇ ਸਾਹਮਣੇ ਰੱਖਣੀ ਹੈ। ਔਰ ਸੈਂਟਰ ਵੀ ਇਕੱਲਾ ਲੱਗਦਾ ਆ ਰਿਹਾ ਯਾਰ, ਮੈਂ ਇਹਦੇ ਬਹੁਤ ਨਜ਼ਰ ਮਾਰੀ ਯਾਰ, ਸੈਂਟਰ ਲੱਭਣ ਦੀ ਕੋਸ਼ਿਸ਼ ਕੀਤੀ ਹੈ। ਇੱਕ ਛੋਟਾ ਜਿਹਾ ਐਂਗਲ ਹੈਗਾ, ਅਗਰ ਤੁਹਾਡੀ ਸਮਝ 'ਚ ਆਵੇ ਤਾਂ ਉਹਨੂੰ ਪਲੇਅ ਕਰਨਾ। ਜਿਸ ਤਰੀਕੇ ਨਾਲ ਯਾਰ ਅਸੀਂ 47 ਦਾ ਫਰਕ ਲਿਆ, ਫਰਕ 4 ਸੀ, ਇਕੱਲਾ 4 ਦੇ ਅੱਗੇ ਓਪਨ ਲੱਗਿਆ, ਇਸੇ ਤਰੀਕੇ ਨਾਲ ਯਾਰ ਨਾ ਇਹ ਆਂਕੜੇ ਦਾ ਫਰਕ ਹੈਗਾ ਸੀ 1, 1 ਤੋਂ ਵਧਾਵਾਂਗੇ 2, ਇਕੱਲਾ 2 ਦਾ ਸੈਂਟਰ ਲੱਗਣਾ ਸੀ, 1 ਦਾ ਘਰ 6 ਓਪਨ ਲੱਗਣਾ ਸੀ, ਇਹ ਹੀ ਕਲੋਜ਼ ਅੱਗੇ ਜਾਣਾ ਸੀ। ਇਸ ਆਂਕੜੇ ਦਾ ਫਰਕ 1 ਸੀ, 1 ਤੋਂ ਵਧਾ ਕੇ 2 ਇਕੱਲਾ ਸੈਂਟਰ ਲੱਗਣਾ ਸੀ ਯਾਰ, ਅਤੇ ਇਹ ਲੱਗ ਜਾਂਦਾ 2 ਦਾ ਸੈਂਟਰ। 62 ਦੀ ਪੈਕਟ ਪਹਿਲੀ ਦਫ਼ਾ ਲੱਗ ਜਾਂਦੀ, ਇਹ ਪੈਕਟ ਪੂਰੀ ਲੱਗ ਜਾਂਦੀ ਯਾਰ ਜਦੋਂ ਅਸੀਂ ਪਿਛਲੇ ਆਂਕੜੇ ਦਾ ਫਰਕ 1 ਹੈਗਾ ਸੀ, 1 ਤੋਂ ਵਧਾਵਾਂਗੇ 2, ਇਕੱਲਾ 2 ਦਾ ਸੈਂਟਰ ਲੱਗਣਾ ਸੀ, ਇਹੀ ਕਲੋਜ਼ ਅੱਗੇ ਜਾਣਾ ਸੀ, 1 ਦਾ ਘਰ 6 ਓਪਨ ਲੱਗਣਾ ਸੀ, ਅਤੇ ਇਹ ਪੂਰੀ ਪੈਕਟ ਲੱਗ ਜਾਂਦੀ ਯਾਰ। ਫਿਰ ਆ ਕੇ ਸੈੱਟ ਲੱਗੇ ਯਾਰ, ਇਹ 0 ਦਾ ਘਰ 5 ਓਪਨ, ਇਹ ਕਲੋਜ਼ ਸਿੱਧਾ ਜਾਣਾ ਸੀ, ਫਰਕ ਆਂਕੜੇ ਦਾ 5 ਸੀ, 5 ਤੋਂ ਵਧਾਵਾਂਗੇ 6 ਦਾ ਇਕੱਲਾ ਸੈਂਟਰ ਲੱਗਣਾ ਸੀ ਯਾਰ, ਅਤੇ ਇਹ ਲੱਗ ਜਾਂਦਾ 58-6 ਦਾ ਪੈਕਟ। ਅੱਜ ਯਾਰ ਇਸ ਤਰੀਕੇ ਨਾਲ ਨਾ ਇਹ 1 ਇਹ 6 ਦਾ ਘਰ 1 ਓਪਨ, ਇਹ ਕਲੋਜ਼ ਇਕੱਲਾ ਸਿੱਧਾ ਕਲੋਜ਼ ਹੀ ਲੱਗੇਗਾ, ਇਹ ਫਰਕ ਆਂਕੜਾ 4 ਹੈ, 4 ਤੋਂ ਵਧਾਵਾਂਗੇ 5, ਕਹਿੰਦਾ ਸਿੰਗਲ 5 ਦਾ ਸੈਂਟਰ ਇੱਥੇ ਲੱਗੇਗਾ ਯਾਰ। 10-5 ਦੀ ਪੈਕਟ ਹੈ, ਅਗਰ ਕਿਸੇ ਦੋਸਤ ਦੀ ਸਮਝ ਵਿੱਚ ਆ ਜਾਵੇ ਤਾਂ ਇਹਨੂੰ ਪਲੇਅ ਕਰਨਾ, ਅਦਰਵਾਈਜ਼ ਇਗਨੋਰ ਕਰ ਦੇਣਾ, ਛੋੜ ਦੇਣਾ। ਮੇਰਾ ਕੰਮ ਸੀ ਰੂਟ ਦੇ ਮੁਤਾਬਕ ਜੋ ਚੀਜ਼ ਨਿਕਲਣੀ ਉਹੀ ਚੀਜ਼ ਮੈਂ ਆਪਣੇ ਦੋਸਤ ਆਪਣੇ ਵੀਰਿਆਂ ਦੇ ਸਾਹਮਣੇ ਰੱਖਣੀ ਹੈ। ਅਗਰ ਇਹ ਮੇਰੀ ਮਿਹਨਤ ਅੱਛੀ ਲੱਗੀ ਮੇਰੇ ਦੋਸਤਾਂ ਨੂੰ, ਲਾਈਕ ਲਾਜ਼ਮੀ ਕਰਨਾ। ਇਹ ਥਾਈਲੈਂਡ ਲੋਟਰੀ ਦੀ ਯਾਰ ਨਾ, ਇਹ ਸਿੰਗਲ ਪੈਕਟ ਹੈ 10-5 ਦੀ, ਫਸਟ ਸੈਕਿੰਡ ਲਾਜ਼ਮੀ ਯਾਰ ਇਹਨੂੰ ਥੋੜ੍ਹਾ ਗਣਾ ਪਲੇਅ ਕਰ ਲਿਆ ਜੇ। ਅੱਛੀ ਰੀਜ਼ਨ ਹੈ, ਅੱਛੀ ਕੋਸ਼ਿਸ਼ ਹੈ ਜਿਹੜੀ ਕਿ ਮੈਂ ਆਪਣੇ ਭਾਈਆਂ ਦੇ ਸਾਹਮਣੇ ਰੱਖੀ ਹੈ। ਇਨਸ਼ਾਅੱਲਾ ਸੁਬਹ ਵੀਡੀਓ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰਾਂਗਾ, ਪਾਕਿਸਤਾਨੀ ਬੌਂਡ ਦੀ ਬੜੇ ਅੱਛੇ ਸੈੱਟ ਦੇ ਨਾਲ। ਇਹ ਸਿੰਗਲ ਪੈਕਟ ਯਾਰ ਥਾਈਲੈਂਡ ਲੋਟਰੀ ਦੀ, ਸਕਰੀਨਸ਼ਾਟ ਲੈ ਲਓ ਯਾਰ, ਅਤੇ ਲਾਈਕ ਕਰਨਾ ਬਿਲਕੁਲ ਵੀ ਨਹੀਂ ਭੁੱਲਣਾ ਮੇਰੇ ਦੋਸਤਾਂ ਮੇਰੇ ਭਾਈਆਂ ਨੇ। ਜੋ ਵੀ ਅੱਛੀ ਮਿਹਨਤ ਅੱਛੀ ਰਿਸਰਚ ਹੋਵੇਗੀ ਆਪਣੇ ਦੋਸਤਾਂ ਦੇ ਸਾਹਮਣੇ ਰੱਖਾਂਗਾ, ਅਤੇ ਇਨਸ਼ਾਅੱਲਾ ਅਗਲੀ ਵੀਡੀਓ ਤੱਕ ਮੈਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।